बिस्मिल्लाहिर्रहमानिर्रहीम गुआचियां नूं देखण वाले सारे दोस्तों मित्रों वेलियां नूं मेरे वालों यानी कि जवेद हुसैन राणा वालों अस्सलाम वालेकुम जी, सत श्री अकाल। अज असीं पहुंचे जी जिहड़ी जगह मैं खड़ा एक कलमा चौक मक्कूआणा तहसील जड़ां वाला ते जिला फैसलाबाद जिन्हों के लैलपुर कहिंदे सी। मेरी बैक साइड ते तुसीं देख रहे हो बोर्ड लग्या होया समुंदरी रोड का। यह जी मेरे लैफ्ट साइड ते जी ये फैसलाबाद है ते इस राइट साइड ते मेरे जड़ां वाला ते आओ जिहड़ा मेरे सामने है जी। मैं जिहड़ा जिस तरफ मेरा मूँह हैगा जी उस पासे नूं जिहड़ा कहिंदे ने कि गुजरां वाला रोड इहनूं कहिंदे ने। ते असीं अज इस पिंड विच जिहड़े कि 1947 जिहड़े कि 1947 जिहड़े हिजरत करके आए माइग्रेट करके आए बजुर्ग उहनां नाल थोड़ी गलबात करावांगे। उहनां नूं पुछांगे किहड़े जिले किहड़ी तहसील तों वह माइग्रेट करके आए ने ते किस तरह आए, किस तरह का वक्त सी, इत्थे आ के किस तरह दी मुसीबतां दुख उन्होंने झले ते गलबात करवाने जी बजुर्गों के नाल। आजो अस्सलाम वालेकुम जी। अस्सलाम रहमतुल्लाह जी। थोड़ा जना बजुर्गो उच्ची बोलना है। वालेकुम सलाम रहमतुल्लाह। बजुर्गो की नाम जी थोड़ा? मोहम्मद मुंशी जी। मोहम्मद मुंशी? मोहम्मद मुंशी। वाला साहब का नाम? बदरदीन जी। बदरदीन। ते ਇਹ ਕਿਹੜੀ ਜਗ੍ਹਾ, ਕਿਹੜਾ ਪਿੰਡ ਹੈ ਜਾਂ ਕਿਹੜਾ ਸ਼ਹਿਰ ਹੈ ਜਿੱਥੇ ਅਸੀਂ ਬੈਠੇ ਹਾਂ? ਚੱਕ ਨੰਬਰ 229 ਮੱਕੂਆਣਾ ਜੀ ਰੇਵੇ। ਚੱਕ ਨੰਬਰ 229 ਰੇਵੇ ਮੱਕੂਆਣਾ, ਜ਼ਿਲ੍ਹਾ ਫੈਸਲਾਬਾਦ, ਤਹਿਸੀਲ ਜੜ੍ਹਾਂ ਵਾਲਾ। ਠੀਕ ਹੈ ਜੀ। ਤਹਿਸੀਲ ਜੜ੍ਹਾਂ ਵਾਲਾ ਅਤੇ ਜ਼ਿਲ੍ਹਾ ਜਿਹੜਾ ਉਹ ਫੈਸਲਾਬਾਦ ਹੈ। ਫੈਸਲਾਬਾਦ ਸ਼ਹਿਰ ਤੁਹਾਨੂੰ ਨਜ਼ਦੀਕ ਹੈ ਜਾਂ ਜੜ੍ਹਾਂ ਵਾਲਾ ਨਜ਼ਦੀਕ ਹੈ ਜੀ? ਫੈਸਲਾਬਾਦ ਨਜ਼ਦੀਕ। ਫੈਸਲਾ 12 ਕਿਲੋਮੀਟਰ ਆ। ਹਾਂਜੀ। ਇੱਧਰ 23-24 ਕਿਲੋਮੀਟਰ। ਹੋਰ ਇਹਦੇ ਆਸੇ ਪਾਸੇ ਕਿਹੜੇ ਕਿਹੜੇ ਹੈ ਚੱਕ ਹੈਗੇ ਨੇ ਜਾਂ ਪਿੰਡ ਨੇ ਜਾਂ ਸ਼ਹਿਰ ਨੇ? ਇਹਦੇ ਨਾਲ 209 ਚੱਕ ਵੀ ਸਾਡੇ ਕੋਲ ਆ ਜੀ। ਹਾਂਜੀ। ਇੱਕ ਨੇਠੜੀ 215 ਚੱਕ ਆ, ਇੱਕ 12 ਚੱਕ ਆ ਜੀ। ਹਾਂਜੀ। ਅਤੇ ਬਿਲਕੁਲ 1-1 ਕਿਲੋਮੀਟਰ 'ਤੇ ਫਰਕ ਆ, 1.5 ਕਿਲੋਮੀਟਰ ਬਸ। ਨਾਵਾਂ ਦੇ ਨਾਲ ਜ਼ਰਾ ਦੱਸਿਓ ਨਾ ਵੀ ਇਹ ਚੱਕ ਦਾ ਹੈ ਨਾ, ਇਹ ਨਾਂ ਰੱਖਿਆ 209 ਇੱਕ ਨੇਠੜੀ ਕੱਲਾ ਵੱਜਦਾ ਜੀ। ਹਾਂਜੀ। 215 ਨੇਠੜੀ। ਹਾਂਜੀ। ਕੱਕੂਆਣਾ ਵੀ 215 ਜਾ ਰਿਹਾ। ਕੱਕੂਆਣਾ ਵੀ ਪਿੰਡ ਆ? ਪਿੰਡ ਆ ਜੀ। ਹਾਂਜੀ। 12 ਚੱਕ ਆ ਇੱਧਰ। ਅਤੇ ਬਜ਼ੁਰਗੋ ਥਾਣਾ ਕਿਹੜਾ ਲੱਗਦਾ? ਥਾਣਾ ਖੁੱਲ੍ਹਣੇ ਵਾਲਾ ਜੀ। ਖੁੱਲ੍ਹਣੇ ਵਾਲਾ ਥਾਣਾ ਹੈ? ਹਾਂਜੀ। ਠੀਕ ਹੈ ਜੀ। ਤੁਹਾਡੇ ਲਹਿੰਦੇ ਚੜ੍ਹਦੇ? ਚੜ੍ਹਦੇ 'ਚ ਥਾਂ ਖੁੱਲ੍ਹਣੇ ਵਾਲਾ ਜੀ। ਅੱਛਾ, ਚੜ੍ਹਦੇ 'ਚ ਹੈ। ਅਤੇ ਬਜ਼ੁਰਗੋ ਸਿਹਤ ਸੁਹਤ ਠੀਕ ਆ ਤੁਹਾਡੀ? ਫਿੱਟ ਹੋ? ਅਲਹਮਦੁਲਿਲਾ, ਸ਼ੁਕਰ ਅੱਲਾ। ਅਤੇ ਪਾਰਟੀਸ਼ਨ ਹੈ ਜਿਹੜੀ ਉਹ ਤੁਸੀਂ ਦੇਖੀ ਹੈ, ਪਾਕਿਸਤਾਨ ਅਤੇ ਹਿੰਦੁਸਤਾਨ ਕਿਵੇਂ ਬਣਿਆ ਸੀ? ਬਿਲਕੁਲ ਦੇਖੀ ਹੈ। ਅੱਛਾ, ਉੱਥੇ ਕਿਹੜਾ ਪਿੰਡ ਸੀ ਜਦੋਂ ਪਾਕਿਸਤਾਨ ਅਤੇ ਹਿੰਦੁਸਤਾਨ ਨਹੀਂ ਸੀ ਬਣਿਆ, ਜਿਹੜੇ ਪਿੰਡ ਤੁਸੀਂ ਮਾਈਗ੍ਰੇਟ ਕਰਕੇ ਹਿਜਰਤ ਕਰਕੇ ਆਏ ਹੋ? ਰਾਏਸਰ ਜੀ। ਰਾਏਸਰ? ਹਾਂਜੀ। ਰਾਏਸਰ ਪਿੰਡ ਜਿਹੜਾ ਸੀ ਇਹ ਕਿਹੜੀ ਰਿਆਸਤ ਸੀ ਅਤੇ ਜ਼ਿਲ੍ਹਾ ਕਿਹੜਾ ਸੀ ਜੀ? ਜ਼ਿਲ੍ਹਾ ਲੁਧਿਆਣਾ ਸੀ ਜੀ ਉਦੋਂ ਤਾਂ। ਅੱਛਾ, ਲੁਧਿਆਣੇ ਜ਼ਿਲ੍ਹਾ? ਲੁਧਿਆਣਾ ਜ਼ਿਲ੍ਹਾ ਸੀਗਾ ਜੀ। ਜੀ, ਰਿਆਸਤ ਮਲੇਰਕੋਟਲ ਉੱਤੋਂ ਤਕਰੀਬਨ 12-13 ਕਿਲੋਮੀਟਰ। ਅੱਛਾ, ਇਹ ਜ਼ਿਲ੍ਹੇ ਸੀ ਜੀ? ਜ਼ਿਲ੍ਹਾ ਜੀ। ਤਹਿਸੀਲ ਕਿਹੜੀ ਸੀ ਇਹਦੀ? ਤਹਿਸੀਲ ਉਦੋਂ ਸੀ ਜਗਰਾਵਾਂ। ਜਗਰਾਵਾਂ ਤਹਿਸੀਲ? ਹਾਂਜੀ। ਇਹ ਕਿੱਡਾ ਪਿੰਡ ਸੀ ਰੈਸਰ? ਕਾਫੀ ਵੱਡਾ ਸੀ। ਵੱਡਾ ਪਿੰਡ? ਹਾਂਜੀ, ਵੱਡਾ ਪਿੰਡ। ਅਤੇ ਪੱਤੀਆਂ ਦਾ ਹੈ ਸੀ ਕੋਈ? ਪੱਤੀਆਂ ਸੀ ਪਿੰਡ ਦੀਆਂ? ਇਹ ਨਹੀਂ ਪਤਾ, ਇਹ ਨਹੀਂ ਪਤਾ, ਇੰਨਾ ਨਹੀਂ ਪਤਾ ਹੈਗਾ ਪੱਤੀਆਂ ਦਾ। ਅਤੇ ਵਾਹਵਾ ਸੰਭਾਲ ਆ ਤੁਹਾਨੂੰ ਉੱਧਰ ਦੀ। ਹਾਂਜੀ। ਪਿੰਡ ਦੇ ਕੋਈ ਟੋਭਾ ਟੂਭਾ ਹੈਗਾ ਸੀ ਕੋਈ? ਟੋਭੇ ਡੰਗਰਾਂ ਦੇ ਪਾਣੀ ਪੀਣ ਵਾਲੇ ਟੋਭੇ ਬਣੇ ਸੀ ਜੀ। ਅੱਛਾ। ਦੋ ਟੋਭੇ ਸੀ? ਠੀਕ ਹੈ। ਇੱਕ ਸਰਕਲ, ਇੱਕ ਗਰਵਾਲ। ਠੀਕ ਹੈ ਜੀ। ਉੱਥੋਂ ਜਾਨਵਰ ਮੱਝਾਂ ਨੂੰ ਪਾਣੀ ਪਿਲਾਉਣਾ। ਅਤੇ ਮੇਲਾ ਮੂਲਾ ਵੀ ਲੱਗਦਾ ਸੀ ਕੋਈ? ਮੇਲਾ ਜੀ ਜਗਰਾਵਾਂ ਵਾਲੇ ਲੱਗਦਾ ਹੁੰਦਾ ਸੀਗਾ, ਵੱਡੇ ਭਾਈਜਾਨ ਜਾਂਦੇ ਹੁੰਦੇ ਸੀ ਦੇਖਣ, ਮੈਂ ਨਹੀਂ ਗਿਆ। ਠੀਕ ਹੈ ਜੀ। ਜਗਰਾਵੇ ਹੀ ਮੇਲਾ ਲੱਗਦਾ ਜੀ? ਜਗਰਾਵ। ਜਗਰਾਵਾਂ ਕਿੰਨਾ ਕੁ ਦੂਰ ਸੀ ਤੁਹਾਡੇ ਕੋਲੋਂ? 18 ਕਿਲੋਮੀਟਰ ਦੱਸਦੇ ਸੀ। ਅਤੇ ਰਾਏਸਰ ਜਿਹੜਾ ਪਿੰਡ ਸੀ ਇਹਦੇ 'ਚ ਸਾਰੀ ਆਬਾਦੀ ਮੁਸਲਮਾਨਾਂ ਦੀ ਜੀ? ਦੂਸਰੀਆਂ ਦੂਸਰੇ ਮਜ਼ਹਬ ਵੀ ਰਹਿੰਦੇ ਸੀ ਸੀ ਜੀ? ਹਿੰਦੂ ਵੀ ਸੀ, ਚੂੜੇ ਵੀ ਸੀਗੇ। ਹਾਂਜੀ ਹਾਂਜੀ। ਸਿੱਖਾਂ ਦੀ ਤਾਦਾਦ ਜ਼ਿਆਦਾ ਸੀ? ਸਿੱਖ ਜ਼ਿਆਦਾ ਸੀ ਇਸ ਪਿੰਡ ਦੇ ਵਿੱਚ। ਅਤੇ ਮੁਸਲਮਾਨ ਕਿਹੜੇ ਕਿਹੜੇ ਬਰਾਦਰੀਆਂ ਰਹਿੰਦੀਆਂ ਸੀ? ਬਰਾਦਰੀਆਂ ਜੀ ਉੱਤੇ ਝੀਰ ਵੀ ਸੀਗੇ, ਮਲਕ ਬਰਾਦਰੀ ਸਾਡੀ ਬਹੁਤ, ਸਾਡੇ ਤਕਰੀਬਨ 10-12 ਘਰ ਸੀ। ਠੀਕ ਹੈ, ਤੁਹਾਡੀ ਮਲਕ ਬਰਾਦਰੀ? ਹਾਂਜੀ, ਮਲਕ ਬਰਾਦਰੀ। ਰਾਜਪੂਤਾਂ ਦਾ ਬਹੁਤ ਜ਼ੋਰ ਸ਼ੋਰ ਸੀ ਉੱਥੇ। ਰਾਜਪੂਤ ਸੀ? ਹਾਂਜੀ, ਰਾਜਪੂਤ। ਅਤੇ ਸਿੱਖ ਜਿਹੜੇ ਨੇ ਉਹ ਵਿੱਚ ਵਿੱਚ ਹੀ ਇਕੱਠੇ ਹੀ ਰਹਿੰਦੇ ਸੀ ਜਾਂ ਲਹਿਦਾ ਲਹਿਦਾ ਸੀ?
ਮਿਕਸ ਹੀ ਸੀ ਮਿਕਸ ਸੀ ਪਿੰਡ ਯਾਨੀ ਕਿ ਕੋਈ ਸਿੱਖਾਂ ਦੇ ਮੁਸਲਮਾਨਾਂ ਦੇ ਘਰ ਨਾਲ ਨਾਲ ਸੀ ਨਾਲ ਨਾਲ ਸੀ ਯਾਨੀ ਕਿ ਇਹ ਕੋਈ ਨਹੀਂ ਸੀ ਤਫਰੀਕ ਨਹੀਂ ਸੀ ਹੈਗਾ ਉਹਨਾਂ ਦੇ ਐਬਜ਼ਦਾਰ ਸਭ ਨੇ ਵੀ ਸਿੱਖ ਸੀ ਇੱਧਰ ਸਾਡੇ ਤਾਏ ਦਾ ਘਰ ਸੀ ਹਾਂਜੀ ਇੱਕ ਤਾਇਆ ਵੱਡਾ ਜਿਹੜਾ ਉਹ ਸਾਡੇ ਨਾਲ ਰਹਿੰਦਾ ਸੀ ਠੀਕ ਹੈ ਇਕੱਠੇ ਮਕਾਨ ਸੀ ਇੱਦਾਂ ਜੀ ਨਾਲ ਨਾਲ ਕੀ ਨਾਂ ਸੀ ਤੁਹਾਡੇ ਤਾਇਆ ਜੀ ਦਾ ਫੁੰਮਣ ਫੁੰਮਣ ਅਤੇ ਉਹਦੀ ਔਲਾਦ ਸੀ ਉਹਦੀ ਔਲਾਦ ਸਾਡੇ ਨਾਲ ਆਈ ਆ ਅਤੇ ਉਸ ਟਾਈਮ ਜਦੋਂ ਉਜਾੜਾ ਪਿਆ ਤੇ ਗੋਲੀ ਮੋਲੀ ਚੱਲਦੀ ਸੀ ਅਸੀਂ ਤਾਏ ਦੇ ਘਰ ਮੈਂ ਅਤੇ ਮੇਰਾ ਵੱਡਾ ਭਾਈ ਅਸੀਂ ਦੋਨੋਂ ਤਾਏ ਦੇ ਨਾਲ ਖੇਡਦੇ ਸੀ ਇੱਧਰ ਬਾਰਿਸ਼ ਪੈ ਰਹੀ ਸੀ ਅਤੇ ਉਹ ਗੋਲੀ ਗਾਲੀ ਕੇ ਚੱਲੀ ਵੀ ਉੱਥੇ ਸਾਡਾ ਵੱਡਾ ਭਾਈ ਜਾਨ ਸੀ ਨਾ ਜੇ ਇਹ ਸਾਡਾ ਘਰ ਸੀ ਦੂਰ ਉੱਧਰ ਇਹ ਤਾਏ ਨੂੰ ਘਰ ਦੇ ਦਿੱਤਾ ਸੀ ਠੀਕ ਹੈ ਜੀ ਉਹ ਉੱਥੇ ਅਸੀਂ ਸਾਡੇ ਬਾਹਰੋਂ ਫਿਰ ਉਹਨਾਂ ਅੱਬਾ ਉਹਨਾਂ ਨੇ ਆਖਿਆ ਵੀ ਉਹ ਦੋ ਮੁੰਡੇ ਕਿੱਥੇ ਉਹ ਲਿਆਓ ਉਹ ਸਾਡਾ ਵੱਡਾ ਭਾਈ ਆਇਆ ਉੱਥੇ ਸਾਨੂੰ ਤਾਏ ਕੋਲੋਂ ਲੈ ਕੇ ਗਿਆ ਤਾਏ ਨੂੰ ਵੀ ਆਖਿਆ ਤੁਸੀਂ ਵੀ ਚਲੋ ਤਾਇਆ ਕਹਿੰਦੇ ਨਹੀਂ ਤੁਸੀਂ ਜਾਓ ਮੈਂ ਆ ਜਾਊਂਗਾ ਹੈਂਜੀ ਭਾਈ ਜਾਨ ਨੇ ਤਕਰੀਬਨ ਚਾਰ ਜਾਂ ਪੰਜ ਇੱਧਰ ਕੰਮ ਆ ਤਾਂ ਬਹੁਤ ਉੱਚੇ ਮਕਾਨ ਦੁਬਾਰਾ ਛੋਟੀਆਂ ਹੁੰਦੀਆਂ ਸੀ ਸਾਨੂੰ ਸੜਕ ਦੇ ਵਿੱਚ ਨਹੀਂ ਲੱਗਿਆ ਗੋਲੀ ਚੱਲ ਰਹੀ ਸੀ ਸਿੱਖਾਂ ਦੇ ਮੁਸਲਮਾਨਾਂ ਦੀ ਜੀ ਗਲੀ 'ਚ ਜਿਹੜਾ ਬੰਦਾ ਨਿਕਲਦਾ ਉਹਨੂੰ ਗੋਲੀ ਮਾਰ ਦਿੰਦੀ ਉਹ ਭਾਈ ਜਾਨ ਸਾਨੂੰ ਕੰਧਾਂ ਲੋਕਾਂ ਦੇ ਕੰਧਾਂ ਟਪਾ ਕੇ ਨੇ ਜੇ ਇੱਦਾਂ ਫਿਰ ਸਾਨੂੰ ਘਰ ਤਿੰਨ ਸੀ ਜਾਂ ਚਾਰ ਸੀ ਠੀਕ ਹੈ ਜੀ ਗਲ ਬਾਜ਼ਾਰ 'ਚ ਜਾਂਦੇ ਸੀ ਤਾਂ ਗੋਲੀ ਵੱਜਦੀ ਸੀ ਉਹ ਫਿਰ ਕੰਧਾਂ ਦੇ ਬਿਜਲੀ ਉੱਤੋਂ ਟੱਪ ਟੱਪ ਕੇ ਨੇ ਬਾਰਿਸ਼ ਪੈ ਰਹੀ ਸੀ ਸਾਨੂੰ ਭਾਈ ਜਾਨ ਇੱਧਰ ਅੰਮੀ ਅੱਬੇ ਕੋਲ ਲੈ ਕੇ ਆਇਆ ਅਤੇ ਫਿਰ ਉਹ ਸਾਡੇ ਅੱਬੂ ਜੀ ਲੜ ਪਏ ਉਹ ਤਾਏ ਨੂੰ ਨਹੀਂ ਲਿਆਂਦਾ ਉਹਦੇ ਬੱਚੇ ਉਹ ਫਿਰ ਤਾਇਆ ਜੀ ਆਬੂ ਜੀ ਅਤੇ ਵੱਡਾ ਭਾਈ ਇਕੱਠੇ ਗਏ ਲੋਕਾਂ ਦੇ ਘਰਾਂ ਦੇ ਵਿੱਚ ਵੀ ਹੁੰਦੇ ਜੀ ਹਾਂਜੀ ਤਾਏ ਜਾਨ ਨੂੰ ਆਖਿਆ ਵੀ ਤੁਸੀਂ ਵੀ ਚਲੋ ਉਹ ਕਹਿੰਦੇ ਵੀ ਆ ਬੱਚੇ ਬੈਠੇ ਇਹਨਾਂ ਨੂੰ ਲੈ ਜਾਓ ਸਾਡੀ ਖੈਰ ਆ ਬਜ਼ੁਰਗ ਸੀਗੇ ਤਾਇਆ ਤਾਈ ਨਹੀਂ ਆਏ ਉੱਧਰ ਹੀ ਰਹਿ ਗਏ ਹਾਂਜੀ ਉਹਦੇ ਬੱਚੇ ਫਿਰ ਭਾਈ ਜਾਨ ਨੇ ਅਤੇ ਅੱਬੂ ਜਾਨ ਨੇ ਲੈ ਕੇ ਸਾਡੇ ਕੋਲ ਆਏ ਆ ਅੰਮੀ ਸਾਡੀ ਰੋਟੀਆਂ ਪਕਾਉਂਦੀ ਸੀ ਅਤੇ ਗੋਲੀ ਚੱਲ ਰਹੀ ਸੀ ਉਹਨਾਂ ਦੇ ਤਾਇਆ ਤੁਹਾਡੇ ਤਾਏ ਦੇ ਬੇਟੇ ਦੇ ਬੇਟੇ ਉੱਧਰ ਹੀ ਰਹਿ ਗਏ ਨਹੀਂ ਲੈ ਤੁਸੀਂ ਰਹਿੰਦੇ ਸੀ ਹਾਂਜੀ ਸਾਡੇ ਨਾਲ ਆਏ ਤੁਹਾਡੇ ਨਾਲ ਆ ਗਏ ਦੋ ਬੇਟੇ ਸੀਗੇ ਤਿੰਨ ਬੇਟੀਆਂ ਸੀ ਅਤੇ ਤਾਇਆ ਅਤੇ ਤਾਈ ਉੱਧਰ ਰਹਿ ਗਏ ਉੱਧਰ ਰਹਿ ਗਏ ਹੁਣ ਉਹ ਇੱਥੇ ਰਹਿੰਦੇ ਨੇ ਤੁਹਾਡੇ ਤਾਏ ਦੇ ਬੇਟੇ ਦੋਏ ਫੌਤ ਇੱਕ ਤੋਂ ਉੱਤੇ ਦੋ ਸੌ ਚੱਕ ਨੰਬਰ 200 ਗਾਹ ਵਿੱਚ ਰਹਿੰਦਾ ਸੀ ਉਹ ਫੌਤ ਹੋ ਗਿਆ ਹਾਂਜੀ ਇੱਕ ਚਨੋਟ ਰਹਿੰਦਾ ਇੱਕ ਚਨੋਟ ਰਹਿੰਦਾ ਹੈ ਉਹ ਹਯਾਤ ਹੈ ਹਾਂਜੀ ਵੱਡਾ ਤੁਹਾਡੇ ਤੋਂ ਹਾਂਜੀ ਮੇਰੇ ਤੋਂ ਵੱਡਾ ਤੁਹਾਡੇ ਤੋਂ ਵੱਡਾ ਅਤੇ ਬਜ਼ੁਰਗੋ ਤੁਹਾਡੇ ਰਿਸ਼ਤੇਦਾਰ ਕੋਈ ਉੱਧਰ ਵੀ ਹੈਗੇ ਨੇ ਹੁਣ ਸਾਡੇ ਤਾਏ ਦੀ ਔਲਾਦ ਉੱਧਰ ਹੀ ਆ ਸਾਡੇ ਭਾਈ ਦੀ ਔਲਾਦ ਉਹ ਅੱਛਾ ਤੁਹਾਡੇ ਭਾਈ ਦੀ ਔਲਾਦ ਹਾਂਜੀ ਭਾਈ ਜਾਨ ਨੂੰ ਸਾਡੇ ਨੂੰ ਦੱਸਿਆ ਨਾ ਮਾਮੇ ਮਾਸੀ ਦੇ ਮਾਮੇ ਦਾ ਪੁੱਤ ਸੀ ਰਿਆਸਤ ਬਰੇਲਕੋਟਲਾ 'ਚ ਰਹਿੰਦਾ ਠੀਕ ਹੈ ਉਹ ਆਏ ਸੀ ਮਿਲਣ ਕੋਈ 15-20 ਦਿਨ ਪਹਿਲੇ ਉਹ ਇਹਨੇ ਜ਼ਿੱਦ ਕੀਤੀ ਇਹ ਉਹਨਾਂ ਨੂੰ ਨਾਲ ਲੈ ਗਏ ਉੱਧਰੋਂ ਉਜਾੜੇ ਪੈ ਗਏ ਫਿਰ ਉਹਨਾਂ ਨੇ ਰੱਖ ਲਿਆ ਇਹ ਮਰੀਰਕੋਟਲਾ ਰਿਆਸਤ ਦੇ ਵਿੱਚ ਠੀਕ ਹੈ ਤੁਹਾਨੂੰ ਪਤਾ ਸੀ ਕਿ ਉੱਥੇ ਹੈ ਹਾਂਜੀ ਖਤ ਵਰਤ ਆਉਂਦੀ ਸੀ ਅੱਛਾ ਖਤ ਆ ਜਾਂਦੇ ਬਿਲਕੁਲ ਖਤ ਆਉਂਦੀ ਇੱਕ ਸਾਡਾ ਚਾਚਾ ਸੀ ਉਹ ਇੱਧਰ ਵੀ ਰਹਿੰਦਾ ਸੀ ਪੁੱਤੀ ਸਾਡੀ ਇੱਧਰ ਰਹਿੰਦੀ ਸੀ ਪਰਸੋਂ ਤੋਂ ਪਹਿਲਾਂ ਸ਼ਾਦੀ ਸ਼ੁਦਾ ਸੀ ਅੱਛਾ ਜੀ ਇੱਧਰ ਇਸ ਸਾਈਡ 'ਤੇ ਦੋ ਸਗਾਹ ਵਿੱਚ ਜੀ ਸਮੁੱਤੇ ਸੀ ਸਮੁੰਦਰੀ 'ਚ ਪਹਿਲਾਂ ਹੀ ਰਹਿੰਦੀ ਸੀ ਹਾਂਜੀ ਪਾਕਿਸਤਾਨ ਬਣਨ ਤੋਂ ਪਹਿਲੇ ਆਉਣ ਜਾਣ ਹੈਗਾ ਸੀ ਇੱਧਰ ਬਿਲਕੁਲ ਆਉਣ ਜਾਣ ਸੀ ਸਾਰਾ ਜੀ ਅੱਛਾ ਬਜ਼ੁਰਗੋ ਉਹ ਜਿਹੜਾ ਤੁਹਾਡਾ ਪਿੰਡ ਸੀ ਰਾਏਸਰ ਜੀ ਰਾਏਸਰ ਦੇ ਵਿੱਚ ਰਾਜਪੂਤ ਵੀ ਸੀ ਅਤੇ ਸਿੱਖ ਵੀ ਸੀ ਰਾਜਪੂਤ ਜ਼ਿਆਦਾ ਸੀ ਜ਼ਿਆਦਾ ਸੀ ਸਿੱਖ ਵੀ ਸੀ ਹਿੰਦੂ ਵੀ ਸੀ ਕੋਈ ਨਾਂ ਤੁਹਾਨੂੰ ਯਾਦ ਨੇ ਉਸ ਵੇਲੇ ਜਿਹੜੇ ਲੋਕ ਰਹਿੰਦੇ ਸੀ ਸਿੱਖਾਂ 'ਚੋਂ ਜਾਂ ਸਿੱਖਾਂ 'ਚੋਂ ਇੱਕ ਭਾਈ ਦਾ ਦੋਸਤ ਆਉਂਦਾ ਹੁੰਦਾ ਸੀ ਸਰਦਾਰ ਸਿੰਘ ਉਹਨੂੰ ਕਹਿੰਦੇ ਹੁੰਦੇ ਸੀ ਸਰਦਾਰ ਸਿੰਘ ਹਾਂਜੀ ਅਤੇ ਇੱਕ ਦਾ ਨਾਂ ਸੀ ਮੂੰਗਲੀ ਸਿੱਖ ਸਨ ਮੂੰਗਲੀ ਕਹਿੰਦੇ ਹੁੰਦੇ ਸੀ ਉਹ ਸਾਡੇ ਭਾਈ ਦੇ ਨਾਲ ਦੋਸਤ ਇਹਦੇ ਸਾਡੇ ਘਰੋਂ ਚਾਹ ਪਾਣੀ ਵੀ ਰੋਟੀ ਪਾਣੀ ਇਹਨੇ ਵੀ ਖਾਣਾ ਸਾਡੇ ਭਾਈਆਂ ਨੂੰ ਉਹਨਾਂ ਦੇ ਘਰ ਜਾਣਾ ਉੱਥੇ ਖਾਣਾ ਪੀਣਾ ਵੱਡੇ ਭਾਈ ਦੇ ਇਹ ਦੋ ਬੰਦਿਆਂ ਨੂੰ ਮੈਂ ਜਾਣਦਾ ਸੀ ਕਿਸੇ ਦੇ ਸਾਡੇ ਮੂੰਹ ਮਨਾਉਂਦੇ ਸੀ ਸਕੂਲ ਹੈਗਾ ਸੀ ਤੁਹਾਡੇ ਪਿੰਡ 'ਚ ਸਕੂਲ ਸੀਗਾ ਜੀ ਅਤੇ ਪੜ੍ਹੇ ਲਿਖੇ ਲੋਕ ਸੀ ਤੁਹਾਡੇ ਪਿੰਡ ਦੇ ਜਾਂ ਰਾਜਪੂਤ ਖਾਨਦਾਨ ਜ਼ਿਆਦਾ ਪੜ੍ਹਿਆ ਸੀ ਰਾਜਪੂਤ ਜਿਹੜੇ ਜ਼ਿਆਦਾ ਪੜ੍ਹੇ ਲਿਖੇ ਸੀ ਸਿੱਖ ਵੀ ਸੀਗੇ ਫੌਜ 'ਚ ਵੀ ਸ਼ਾਮਿਲ ਸੀ ਅੱਛਾ ਫੌਜ 'ਚ ਵੀ ਹੈਗੇ ਸੀ ਅਤੇ ਜਿਹੜਾ ਇਹ ਤੁਹਾਡਾ ਰਾਇਸਰ ਪਿੰਡ ਹੈ ਹੁਣ ਉਸ ਤੋਂ ਜਦੋਂ ਪਾਰਟੀਸ਼ਨ ਹੋ ਗਈ ਉਦੋਂ ਇੰਡੀਆ 'ਚ ਰਹਿ ਗਿਆ ਹਿੰਦੁਸਤਾਨ 'ਚ ਰਹਿ ਗਿਆ ਤੁਸੀਂ ਆ ਗਏ ਇੱਧਰ ਪਾਕਿਸਤਾਨ 'ਚ ਉਸ ਤੋਂ ਬਾਅਦ ਗਏ ਹੋ ਕਦੇ ਮੈਂ ਨਹੀਂ ਗਿਆ ਜੋ ਹੋਰ ਸਾਡੇ ਸਾਰੇ ਖਾਨਦਾਨ ਗਿਆ ਇੱਕ ਮੈਂ ਨਹੀਂ ਗਿਆ
एक इधर साडे भाई जान से मुहम्मद रफीक ये नहीं गया दिल नहीं कीता जान नू या नहीं, जाया ही नहीं गया। मैं सऊदी चला गया सन 73 च। अच्छा जी। अदक फिर मैं 97-98 च रिटायर होके आया उधर। इरादा कोई 2-3 साल हो गए उन्होंने आखिर कोई कागजात भेजो मैं आवा मिलन तुहानू। ठीक है जी। कोशिश है हुण कौन कौन उधर थोड़े केड़े केड़े रिश्तेदार ने नाम की है उन्होंने। रोशन आ जी एक दा नाम चानन आ बलैत सी मेरा भतीजा वो फौत हो गया उदी औलाद है औलाद दे टेलीफोन कर दे सानू रबता है। हाँ जी रबता है आ फिर बच्ची भाई सदीक की उत्थे तनो तनाल की ब्याही गई। अच्छा जी केड़े पिंड च जी। धनेर च। हाँ जी। अच्छा धनेर उस बच्ची ना साडा रबता है। ठीक है। वो बच्ची अमूमन फोन करती रही सन। की नाम जी उन्हों का। रमनदीप। वो बच्ची करती अमूमन भाई सदीक का लड़का सीगा बलैत अली जिहड़ा फौत हो गया वह भी टैलीफोन करता सी। वो एक बार पाकिस्तान च गया इतने मिल के भी गया। हाँ जी मैनू नहीं मिले मैं सऊदी से। अच्छा वैसे आया जी आया ऐसे घर च आया वह 3 महीने रह के गया। बजुर्गो आपस किस तरह से पहले जो पाकिस्तान से हिंदुस्तान कट्ठा सी किवें सी मुसलमानां दी हिंदुआं दी सिखां दी प्यार में बस के पहले भी झगड़ा नहीं नहीं बड़ा प्यार बहुत प्यार करते सी लोग साडे। हाँ जी बिल्कुल जिहड़े मर्जी घर जाना आना ताए दी औलाद इकट्ठे खेडदे हुंदे सी। अच्छा जी कोई ऐसी गल नहीं सी बड़ा प्यार मुहब्बत से करते सीगे। ठीक है जी। वो फिर साडी अम्मी जो पहली वारी गई आ मिलन। हाँ जी उदों भाईजान मिली सारे मिल के तो गुआढ़ियों आखिया उदा कोई बर्तन है ना चौल पकाने महला वास्ते ना चौल पकाने देगा कोई कहीं साढ़े तो देग नहीं है वो पतीले बर्तन मंगे अम्मी दे है जी वो गुआढ़ी सिख दे के गए वो अम्मी ने वो बर्तन पछाण लै। अच्छा जी। वो कहें भी यह बर्तन साढ़े आ तुसी चोरी की कहनी हाँ चाची साढ़े तुहाडे आ जिन्ने बर्तन सी ना जी वो सिखां दी कुड़ी ने सारे अम्मी नूं देते सारे दे। हाँ जी। अच्छा बजुर्गो मंजे भी दिते बिस्तरे भी दिते ब्याह शादियां ते भी जाण आउण है बिल्कुल। हाँ जी सिखां दे नाल हिंदुआं दे नाल हिंदुआं नाल सिखां नाल जाण। अच्छा हिंदू किन्ने क हैगे सी तुहाडे पिंड च। ए जी गर्भ दे एरिया च सी बाजार एक उहनां दा मंदिर भी बणिया सी। अच्छा। हाँ जी ते मस्जिद भी हैगी सी। हाँ जी मस्जिद सीगी बिल्कुल रैसर दे विच मस्जिद हैगी अज़ान हुंदी सी। हाँ जी अज़ान गुरुद्वारा भी हैगा सी। गुरुद्वारा भी सीगा जी गुरुद्वारा केड़े पासे सी लहिंदे चढ़दे। हाँ चढ़दे मस्जिद से जी लहिंदे गुरुद्वारा सी। ये तकरीबन मेरे ख्याल च 2 या 3 फरलांग दा फर्क। किस तरह दा थोड़ी जमीना किस तरह दियां सी नहरी सी या बरानी सी। बरानी खूहां दा पानी सी। खूहां दा पानी लाउंगे खूह याद ने कोई नाम लैंदे ने खूहां दे बंदे करतार सिंह दा खून बजदा सी। करतार सिंह दा करतार सिंह तो सब्जियां सुब्जियां बीजियां दे सी नहाउण भी जांदे सी। अच्छा खूहां दा पानी हुंदा सी उदों ते जमीना च फसलां चंगीयां दे चंगी फसल हुंदी सी फसल देखदे अच्छी फसल सी। हां जी ਤੇ ਹੋਰ ਜਿਹੜੇ ਪੜ੍ਹੇ ਲਿਖੇ ਸੀ ਇਹ ਸਾਰੇ ਲੋਕ ਰਾਜਪੂਤਾਂ ਦੇ ਸੀ ਇਹ ਨੌਕਰੀਆਂ ਕਰਦੇ ਸੀ। ਤੇ ਬਜ਼ੁਰਗੋ ਜਦੋਂ ਆਪਸ 'ਚ ਇੰਨਾ ਪਿਆਰ ਮੁਹੱਬਤ ਸੀ ਤੇ ਕੀ ਬਣਿਆ ਇਹ ਰੌਲਾ ਕਿਉਂ ਪੈ ਗਿਆ ਆਪਸ 'ਚ ਇੱਕ ਦੂਜੇ ਨੂੰ ਮਾਰਨ ਕੁੱਟਣ ਕਿਉਂ ਲੱਗ ਗਏ ਇਹ ਹੁਣ ਅੱਲਾਹ ਆਲਮ ਜੀ ਇਹ ਤਾਂ ਕਿਸੇ ਸਮਝ ਨਹੀਂ ਸਕ ਬੱਚੇ ਸੀਗੇ ਕਿਉਂ ਲੜਾਈ ਪਾਕਿਸਤਾਨ ਬਣ ਕੇ ਉਹਨਾਂ ਨੇ ਉੱਥੋਂ ਕੁੱਟ ਮਾਰ ਕੇ ਉਹਨਾਂ ਨੂੰ ਲੋ ਪਾਕਿਸਤਾਨ। ਅੱਛਾ ਜਦੋਂ 1947 ਦਾ ਜਿਹੜੀ 14 ਅਗਸਤ ਦਾ ਦਿਨ ਆਉਂਦਾ ਉਦੋਂ ਅਸੀਂ ਆਜ਼ਾਦੀ ਮਨਾਉਂਦੇ ਹਾਂ ਅਤੇ 15 ਅਗਸਤ ਨੂੰ ਹਿੰਦੁਸਤਾਨ ਵਾਲੇ ਆਜ਼ਾਦੀ ਮਨਾਉਂਦੇ ਨੇ 15 ਨੂੰ ਮਨਾਉਂਦੇ ਨੇ ਜੇ ਆਜ਼ਾਦ ਹੋ ਗਏ ਹਾਂ ਜੀ। ਅਸੀਂ ਇਸ ਸਾਡਾ ਤਾਂ ਹੁਣ ਸਾਡੀ ਤਾਂ ਪੈਦਾਇਸ਼ ਇਸ ਤੋਂ ਬਹੁਤ ਬਾਅਦ ਦੀ ਹੈ ਜੀ ਅਸੀਂ ਇਸ ਨੂੰ ਆਜ਼ਾਦੀ ਕਹਿ ਰਹੇ ਹਾਂ ਇਹ ਆਜ਼ਾਦੀ ਜਿਹੜੀ ਹੈ ਵਾਕਈ ਆਜ਼ਾਦੀ ਮਿਲੀ ਹੈ ਜਾਂ ਇਹ ਸਿਰਫ ਇੱਕ ਉਹਨੂੰ ਕਹਿੰਦੇ ਲਕੀਰ ਵਾਹ ਕੇ ਅਤੇ ਉੱਧਰ ਦੇ ਵੀ ਲੋਕ ਜਾਂ ਇੱਧਰ ਦੇ ਲੋਕਾਂ ਨੂੰ ਫਸਾ ਦਿੱਤਾ ਗਿਆ ਉਹ ਲੋਕਾਂ ਉਹਨਾਂ ਨੇ ਆਪਣੇ ਹੀ ਕਬਜ਼ੇ ਥੱਲੇ ਵੱਡੇ ਲੋਕਾਂ ਦੇ ਥੱਲੇ ਦੇ ਦਿੱਤਾ ਉਹ ਇਸ ਤਰ੍ਹਾਂ ਦਾ ਖਾਨਦਾਨ ਮਰ ਗਏ ਆਜ਼ਾਦੀ ਕਾਹਦੀ ਆ ਅਸੀਂ ਨਹੀਂ ਆਜ਼ਾਦੀ ਮੰਨਦੇ ਇਸ ਨੂੰ। ਅੱਛਾ ਤੁਹਾਡਾ ਜਿਹੜੀ ਕਿ ਖਾਨਦਾਨ ਦੇ ਵਿੱਚੋਂ ਲੋਕ ਜਿਹੜੇ ਨੇ ਉਹ ਕਤਲ ਹੋਏ ਨੇ ਕਤਲ ਹੋ ਜਾਣ ਜੀ ਉਹ ਕਿੱਥੇ ਉਸ ਪਿੰਡ 'ਚ ਕਤਲ ਪਿੰਡ 'ਚ ਕਰੇ ਘਰ ਦੇ ਵਿੱਚ ਸਾਡੇ ਤਾਏ ਤਾਈ ਨੂੰ ਸਿੱਖਾਂ ਨੇ ਵੱਢਿਆ
ਬਜ਼ੁਰਗ ਸੀਗੇ ਉਹ ਸਾਡੇ ਨਾਲ ਨਹੀਂ ਤੁਰੇ, ਬੱਚੇ ਤੁਰ ਪਏ ਸਾਡੇ ਨਾਲ। ਲੁੱਟਣ ਵਾਸਤੇ ਕਿ ਵੈਸੇ ਹੀ ਅੱਲਾਹ ਵੱਲ ਵੱਟ ਦਈਏ, ਲੁੱਟਦੇ ਵੀ ਫਿਰਦੇ ਸੀ, ਮਾਰਦੇ ਵੀ ਫਿਰਦੇ ਮੁਸਲਮਾਨਾਂ ਨੂੰ, ਹੱਲੇ ਪੈਂਦੇ ਸੀ, ਬੜਾ ਹੱਲਾ ਪਿਆ। ਫਿਰ ਉੱਧਰੋਂ ਰਜਪੂਤਾਂ ਦੇ ਦੋ ਤਿੰਨ ਬੰਦੇ ਆਏ, ਗੋਲੀਆਂ ਰੈਫਲਾਂ ਉਹਨਾਂ ਦੇ ਕੋਲ ਸੀ, ਉਹ ਸਾਡੇ ਘਰ ਦੇ ਵਿੱਚੋਂ ਨਾ ਜੀ ਕੋਈ ਕੁੰਡਾ ਤਾਲਣ, ਸਾਰਾ ਸਮਾਨ ਛੱਡ ਕੇ ਅੰਮੀ ਨੇ ਸਾਨੂੰ ਚੁੱਕਿਆ, ਵੱਡੇ ਭਾਈਆਂ ਨੇ ਚੱਕਿਆ, ਸਾਰੇ ਅਸੀਂ ਉਸ ਰਜਪੂਤਾਂ ਦੇ ਘਰ ਚਲੇ ਗਏ। ਹੁਣ ਮੈਨੂੰ ਉਹਦਾ ਨਾਂ ਨਹੀਂ ਯਾਦ ਕਿਹੜਾ ਸੀ, ਉਹ ਬੜੀ ਵੱਡੀ ਹਵੇਲੀ ਸੀ ਉਹਨਾਂ ਦੀ। ਅੱਛਾ ਜੀ, ਇਹ ਅਸਰ ਦਾ ਟਾਈਮ ਹੋਣਾ ਮੇਰੇ ਖਿਆਲ 'ਚ ਬਾਰਿਸ਼ ਪੈ ਰਹੀ ਸੀ, ਜਦੋਂ ਸਾਨੂੰ ਉਹ ਸਾਰਿਆਂ ਨੂੰ ਉੱਤੇ ਲੈ ਗਿਆ, ਉਹਨਾਂ ਨੇ ਸਾਨੂੰ ਰੋਟੀਆਂ ਵੀ ਖਿਲਾਈਆਂ। ਅੱਛਾ ਜੀ, ਉਸ ਤੋਂ ਬਾਅਦ ਫਿਰ ਸਰਕਾਰ ਰਾਤ ਨੂੰ ਉੱਥੋਂ ਨਿਕਲੇ ਸਾਰੇ ਜਿੰਨੇ ਮੁਸਲਮਾਨ ਸੀ ਰਾਤ ਦੇ ਟਾਈਮ। ਹਾਂਜੀ, ਉਹ ਸਾਡੇ ਤਾਏ ਦੀ ਔਲਾਦ ਪਹਿਲੇ ਜਿਹੜੇ ਸੀ ਉਹ ਕੰਗਣਵਾਲ ਚਲੇ ਗਏ ਸੀਗੇ। ਅੱਛਾ ਜੀ, ਸਿੱਖਾਂ ਦੇ ਲਕੂਲ, ਸਿੱਖਾਂ ਨੇ ਕਿਸੇ ਪਿਆਰ ਮੁਹੱਬਤ 'ਚ, ਪਿਆਰ ਮੁਹੱਬਤ। ਹਾਂਜੀ, ਉਹ ਦੋਵੇਂ ਭਾਈ, ਇੱਕ ਭੈਣ ਸੀ ਉਹਨਾਂ ਦੀ, ਉਹਨਾਂ ਨੂੰ ਉਹਨਾਂ ਨੇ ਲਕੋ ਲਿਆ ਸੀ। ਵੇਲਾ ਜਿਹੜਾ ਸੀ ਚੰਗਾ ਵੇਲਾ ਸੀ, ਉਹ ਅੱਛਾ ਵੇਲਾ ਸੀ, ਲੋਕ ਵੀ ਭਲੇ ਸੀ ਜੀ, ਦੀਦ ਕਰਦੇ ਸੀ ਇੱਕ ਦੂਸਰੇ, ਪਿਆਰ ਮੁਹੱਬਤ ਬਜ਼ੁਰਗ ਦੱਸਦੇ ਸਾਡੇ, ਅਸੀਂ ਵੀ ਦੇਖੇ ਜਿੰਨੇ ਕੋਈ ਖੇਡ ਦੇ ਮਲਦੇ ਸਿੱਖਾਂ ਦੇ ਘਰਾਂ 'ਚ ਫਿਰੀ ਤੁਰੀ ਦਾ ਸੀ। ਕੋਈ ਇਹ ਨਹੀਂ ਸੀ ਹੈ ਕਿ ਕਿਸੇ ਨਾਲ ਕੋਈ ਇਹ ਮੁਸਲਮਾਨ ਹੋਣ ਦੀ ਵਜ੍ਹਾ ਨਾ, ਕੋਈ ਨਹੀਂ, ਕੋਈ ਸਿੱਖ ਹੋਣ ਦੀ ਵਜ੍ਹਾ ਤੋਂ ਕੋਈ ਨਫ਼ਰਤ ਸੀ, ਇਸ ਤਰ੍ਹਾਂ ਦਾ ਕੋਈ ਮਾਮਲਾ ਨਹੀਂ ਸੀ, ਕੋਈ ਮਾਮਲਾ ਸੀ ਨਾ ਸਿੱਖ ਨਾਲ, ਸਿਰਫ ਸ਼ਰਾਰਤਾਂ ਹੋਈਆਂ, ਸ਼ਰਾਰਤ ਦੀ ਵਜ੍ਹਾ ਤੋਂ ਇੱਥੋਂ ਤੀਕਰ ਕੰਮ ਪਹੁੰਚਿਆ। ਬੇਸ਼ੱਕ। ਤੇ ਜਦੋਂ ਪਾਕਿਸਤਾਨ ਬਣ ਗਿਆ ਤੁਸੀਂ ਫਿਰ ਇੱਧਰ ਆ ਗਏ, ਇੱਥੇ ਫਿਰ ਤੁਸੀਂ ਕਾਹਦੇ 'ਤੇ ਆਏ ਹੋ, ਸਮਾਨ ਆਪਣਾ ਲੈ ਆਏ ਸੀ? ਸਮਾਨ ਕੱਖ ਨਹੀਂ, ਸਾਡੇ ਕੋਈ ਗੱਲ ਦੇ ਕੱਪੜੇ ਸੀ ਸਾਰੇ, ਮਲੇਰਕੋਟ ਲਿਆ ਕੇ ਉੱਥੇ ਕਿੰਨਾ ਚਿਰ ਰਹੇ, ਤਕਰੀਬਨ 10-12 ਦਿਨ ਕੈਂਪ ਲੱਗੇ ਸੀ ਕੱਪੜਿਆਂ ਦੇ। ਅੱਛਾ ਜੀ, ਉਹਦੇ ਵਿੱਚ ਠੀਕ ਹੈ। ਫਿਰ ਉੱਥੋਂ ਚੱਲਦੇ ਚੱਲਦੇ ਆਸਤਾ ਉਸਤਾ ਕੋਈ ਰਾਜ ਪਿੰਡ ਸ਼ਹਿਰ ਆਉਂਦੇ ਸੀ, ਉਹਨਾਂ ਨੇ ਸਾਨੂੰ ਬੋਰਡ ਦਾ ਪੱਤਾ ਚਣੇ ਉਬਾਲ ਕੇ ਸਾਨੂੰ ਦੇਣੇ, ਬੱਚਿਆਂ ਨੂੰ ਦਿੰਦੇ ਸੀ, ਵੱਡਿਆਂ ਨੂੰ ਨਹੀਂ ਸੀ ਦਿੰਦੇ ਰਸਤੇ 'ਚ। ਠੀਕ ਹੈ ਜੀ। ਫਿਰ ਲਾਹੌਰ ਪਹੁੰਚ ਗਏ, ਲਾਹੌਰ ਅੱਲਾਹ ਵਾਲਮ ਕਿੰਨਾ ਚਿਰ ਅਸੀਂ ਰਹੇ ਹਾਂ, ਬੋਰਿੰਗਾਂ ਸੀਗੀਆਂ, ਕੋਈ ਇੱਕ ਕਮਰੇ 'ਚ 20-15 ਰਹਿੰਦੇ ਸੀ, ਅੱਗੇ ਬਰਾਂਡਾ ਬਹੁਤ ਹਾਲਾਤ ਗੰਦੇ ਸੀ, ਗੰਦੇ, ਖਾਣੇ ਵਿੱਚ ਕੁਛ ਨਹੀਂ ਮਿਲਿਆ, ਬਿਮਾਰੀਆਂ ਵੀ ਫੈਲ ਗਈਆਂ, ਬਿਮਾਰੀ ਫੈਲ ਗਈ। ਉੱਥੋਂ ਵੀ ਮੇਰਾ ਵੱਡਾ ਭਾਈ ਜਿਹੜਾ ਮੇਰੇ ਤੋਂ ਵੱਡਾ ਦੋਸਤ, ਉਹ ਫੌਤ ਹੋ ਗਿਆ ਲਾਹੌਰ, ਉੱਥੇ ਨਾ ਸਾਡਾ ਅੱਬਾ ਸੀਗਾ ਨਾ ਸਾਡਾ ਭਾਈ ਸੀਗਾ, 4 ਬੰਦੇ ਗੌਰਮੈਂਟ ਦੀ ਤਰਫੋਂ ਆਏ ਆ, ਉਹਦੀ ਲਾਸ਼ ਚੱਕ ਕੇ ਮੰਜੀ ਲਿਆਂਦੀ ਉਹਨਾਂ ਨੇ, ਮੰਜੀ ਦੇ ਉੱਤੇ ਪਾ ਕੇ ਉਹਨੂੰ ਲੈ ਕੇ ਮੈਂ ਅਤੇ ਅੰਮੀ ਨਾਲ ਗਏ ਹਾਂ। ਠੀਕ ਹੈ ਜੀ। ਕਬਰ 'ਚ ਉਹਨੂੰ ਬਿਲਕੁਲ ਸਹੀ ਦਫਨਾਇਆ, ਕੋਈ ਗੁਸਲ ਗਸਲ ਵਗੈਰਾ ਬਗੈਰ ਹੀ ਬਗੈਰ। ਉਹ ਕਿਸ ਤਰ੍ਹਾਂ ਦਾ ਟਾਈਮ ਹੋਣਾ ਕਿ ਆਪਣੇ ਜਿਹੜੇ ਪਿਆਰੇ ਸੀ ਉਹਨਾਂ ਨੂੰ ਕਿਸੇ ਬਗੈਰ ਹੀ ਵਜ੍ਹਾ ਤੋਂ ਝਾਜ਼ੇ ਵਾਜ਼ੇ ਘਰ ਛੱਡ ਕੇ ਆਏ, ਤੇ ਉਹਨਾਂ ਨੂੰ ਬਿਮਾਰ ਵੀ ਹੋ ਗਏ, ਉਹ ਬਿਮਾਰ ਵੀ ਹੋਏ ਔਰ ਉਹ ਫੌਤ ਵੀ ਹੋ ਗਏ, ਹਾਲਾਂਕਿ ਉਸ ਤੋਂ ਪਹਿਲੇ ਨਹੀਂ ਸੀ ਪਤਾ ਕਿ ਇਹ ਮਾਮਲਾ ਵੀ ਬਣਨਾ। ਨਹੀਂ, ਕੋਈ ਨਹੀਂ ਪਤਾ। ਪਹਿਲੇ ਲੋਕ ਜਿਹੜੇ ਸੀ ਉੱਠਣਾ ਸ਼ੁਰੂ ਹੋ ਗਏ ਸੀ ਕਿ ਜਦੋਂ ਸਾਰੇ ਫਿਰ ਇਕੱਠੇ ਹੀ ਉੱਠੇ, ਸਾਰੇ ਇਕੱਠੇ ਉੱਠੇ, ਸਾਡਾ ਪਿੰਡ ਸਾਰਾ ਮੁਸਲਮਾਨਾਂ ਦਾ ਨਾ, ਉਹ ਰਜਪੂਤਾਂ ਦੇ ਘਰ ਆ ਗਏ ਸੀ, ਜਿੰਨੇ ਵੀ 15-20 ਘਰ ਸੀਗੇ। ਤੁਹਾਡੇ ਪਿੰਡ ਦਾ ਕੋਈ ਜਾਇਲਦਾਰ ਵਗੈਰਾ ਜਿਹੜੇ ਸੀ, ਹੈ ਸੀ ਨੰਬਰਦਾਰ ਸੀ, ਉਹਨਾਂ ਦੇ ਨਾਂ ਯਾਦ ਨੇ? ਜਰਨੈਲ ਕਹਿੰਦੇ ਹੁੰਦੇ ਸੀ ਉਹਨੂੰ, ਜਰਨੈਲ ਸਿੰਘ, ਜਰਨੈਲ ਸਿੰਘ ਸੀਗਾ ਜੈਲਦਾਰ, ਬਿਲਕੁਲ ਸਹੀ। ਹਾਂਜੀ, ਤੇ ਮੁਸਲਮਾਨਾਂ ਜੋ ਕੌਣ ਸੀ ਨੰਬਰਦਾਰ? ਕੋਈ ਨਹੀਂ ਸੀ ਮੁਸਲਮਾਨਾਂ ਦੀ ਨੰਬਰਦਾਰੀ, ਕੋਈ ਨਹੀਂ ਸੀ ਹੈਗੀ? ਨਹੀਂ ਜੀ, ਕੋਈ ਨਹੀਂ, ਮੈਂ ਨਹੀਂ, ਸਿੱਖਾਂ ਕੋਲੇ ਸੀ, ਸਿੱਖਾਂ ਕੋਲੇ ਸੀ। ਯਾਰ ਤੁਹਾਡੇ ਕੋਲ ਜ਼ਿਹਨ 'ਚ ਨਹੀਂ ਹੈ? ਹੋ ਸਕਦਾ ਜ਼ਿਹਨ 'ਚ ਨਾ ਹੋਵੇ, ਮੈਂ ਨਹੀਂ ਮਿਲਿਆ ਉਹਨੂੰ, ਉਹ ਜੈਲਦਾਰ ਜ਼ਰੂਰ ਹੁੰਦਾ ਸੀ ਪਿੰਡ ਪਿੰਡ। ਦੁਬਾਰਾ ਦੱਸੋ ਜੀ, ਜਰਨੈਲ ਸਿੰਘ, ਜਰਨੈਲ ਸਿੰਘ ਉਹਨੂੰ ਕਹਿੰਦੇ ਹੁੰਦੇ ਸੀ। ਤੁਹਾਡਾ ਪਿੰਡ ਸੀ ਜਿਹੜਾ ਪੱਕਾ ਸੀ ਸਾਰਾ ਜਿਹਾ, ਕੱਚਾ ਸੀ ਤੁਹਾਡੇ ਘਰ? ਸਾਡੇ ਘਰ ਕੱਚੇ ਸੀ, ਤੇ ਪਿੰਡ ਸਿੱਖਾਂ ਦੇ ਕਈ ਘਰ ਪੱਕੇ ਸੀ, ਹਵੇਲੀਆਂ ਬਣੀਆਂ ਸੀ ਵੱਡੇ ਵੱਡੇ। 70 ਸਾਲ ਹੋ ਗਏ ਨੇ, 74ਵਾਂ ਸਾਲ ਜਾ ਰਿਹਾ ਹੁਣ, 74 ਸਾਲ ਹੋ ਜਾਣਗੇ ਪੂਰੇ 14 ਅਗਸਤ ਨੂੰ, 74 ਸਾਲ ਹੋ ਜਾਣਗੇ। ਉਸ ਜਿਹੜਾ ਪਿੰਡ ਹੈ ਜਿਹਦੇ 'ਚ ਤੁਸੀਂ ਰਹਿੰਦੇ ਸੀ, ਪੈਦਾ ਹੋਏ ਹੋ, ਜਿਹੜੀਆਂ ਗਲੀਆਂ 'ਚ ਤੁਸੀਂ ਖੇਲੇ ਹੋ, ਬੱਚੇ ਅਮੂਮਨ ਹੁਣ ਇੱਥੇ ਆਪਣੇ ਖੇਲਦੇ ਨੇ ਛੋਟੇ ਛੋਟੇ, ਕੋਈ ਐਸੀ ਚੀਜ਼ ਅੱਜ ਵੀ ਜਿਹੜੀ ਮੌਜੂਦ ਹੋਵੇ ਉਸ ਪਿੰਡ ਦੇ ਵਿੱਚ, ਕੋਈ ਹੈਗੀ ਹੈ ਕੋਈ ਨਿਸ਼ਾਨੀ, ਕੋਈ ਯਾਦ ਹੋਵੇ ਤੁਹਾਨੂੰ? ਪਿੰਡ ਦੀ ਨਿਸ਼ਾਨੀ ਕਬਰਸਤਾਨ ਵੀ ਜਾਈਦਾ ਸੀ, ਪਰ ਸਿੱਖਾਂ ਦੀਆਂ ਬੜੀਆਂ ਬੁੜੀਆਂ ਵੀ ਹੁੰਦੀਆਂ ਸੀ, ਬੜੇ ਬੋਰਡ ਬੋਰਡ ਲੱਗੇ ਹੁੰਦੇ। ਇਮਾਰਤ ਕੋਈ ਮਸਜਿਦ ਪੱਕੀ ਬਣੀ ਹੋਵੇ ਜਿਹੜੀ ਤੁਹਾਨੂੰ ਯਾਦ ਹੋਵੇ, ਤੁਹਾਡੀ ਅੱਖਾਂ ਦੇ ਵਿੱਚ ਹਜੇ ਵੀ ਹੋਵੇ ਪਿੰਡ ਦੀ, ਉਸਦੀ ਨਹੀਂ ਜੀ।
वैसे दिल कीता ना थोड़ा जान नूं उधर? दो तीन साल हो गए मंजूर लौ रहा मैं उधरों सफारे भी मैं गया इस्लामाबाद एजेंटा नूं भी मिले कहिंदे उधरों कागजात मंगाओ। अच्छा अगर रैसर चले जाओ तो तुसीं अपने घर हो तुहानूं मैं घर पछाण लूंगा। पछाण लोगे घर? बिल्कुल पछाण जनैल सिंह दा कूआं लग्गिया सी टूवेल टूवेल वैल दे नाल पानी कढ़दे हुंदे सी। शहर जिहड़ा सी तुहाडा नेड़े जगरावां शहर सी किस तरह दा शहर सी? पक्का सी कच्चा सी? नहीं उत्थे नहीं मैं गया। नहीं गया तुसीं? बच्चे सी तुसीं छोटे? ये 1947 जी वंड है ना जी, इन्हें बहुत दुनिया को मुतासर किया। लगभग कोई 10 लाख लोग मारे गए ने। यह नहीं कि मुसलमान सिख भी मारे गए, हिंदू भी मारे गए, फिर कुछ औरतां जिहड़ियां ने कोई बहुत वड्डी तादाद जिहड़ियां मुसलमानां दी उधर रह गईं ते कुछ इधर आ गईं। थोड़े खानदान दे विच कोई उन्हां तों सिवा होर कोई तो नहीं रह गया सी उधर? जी ना, जेड़े थोड़े ताए ने ओ ताया जी ते ओ सी उना तो अलावा होर कोई नहीं रहे? होर कोई नहीं, एही ही रहे, एही रह गए ने। ताए दी लाड सीगी? ठीक है। दो भाई सीगे, एक भैन सी इहनां दी, एक वालदा सी जिंदा सी, ताई कहंदे हुंदे सी जिस नूं, ओ उत्थे ही रहंदे सी। पता नहीं ओ किहड़े करके ने सिक्खां ने उहनां नूं ना तफज दित्ता, प्यार मोहब्बत लुकोल है, फिर आस्ता आस्ता बाहर। हाँ जी, कई अक्सर होया इस तरह के लोगों ने घर लुको लिया, रह गए ने उधर ही, लुट लिया सी लोगों ने, यही नहीं पता चूड़िया ने लुटिया कसाइया ने या सिखा ने लुट ले से। साड़ी माँ ने बर्तन पछाण ले सी, वो भी सारे सिखा ने दिते सारे वापस। हाँ जी, मंजिया भी दतिया, बिस्तरे तक भी दते उधर ही ने। हाँ जी, वो भाई नू देते अम्मा ने। अच्छा बजुर्गो, वो वेला जरा 47 का वो वेला इस तरह की सी कि अफरा तफरी पई हुई सी, तुसी राह दे विच देखिया कोई कोई लोग बच्चे कोई लाशां कोई इस तरह का मामला कोई देखिया? तीन लाशां देखियां सी मैं, जिहदे उत्तों दी असीं लंघ के आए आ मलेरकोट जो तो कंप जी, उस कंप ने कोई चुकन वाला पता सिखां दीआं ने इदां पईआं नाल नाल कमाद सी, कमाद दी फसल जी पता किन्हां दीआं ने? अल्लाह वालों की दीआं जी, ये नहीं जी पता जी। दो बच्चे सीगे, एक बच्ची सी, बच्ची तो बड़ी सी। हाँ जी, बच्चे छोटे से कतल किए थे, एक तौण दे विच इत्थे लग्गिया सी जी, इत्थे एक इहदा पेट है पाड़िया सी, मरे पए सीगे इदां देख के कोल दी दुनिया काफला जा रहा। ते कहंदे ने जिहड़ा बंदा फौत हो जांदा सी बगैर कफन दफन तो भी टोया कट के दफना दिंदे? असां तुहानूं दस्सिया मेरे भाई नूं इदां दफनाया जी, लाहौर मरिया, लाहौर आ के। हाँ जी, कैंप च कैंप नहीं, वो बाहर गए कोई दवाइयां दी वजह तो फौत हो गए, कोई अगे अगे मौसम आ गया सर्दी, पानी टाइम पानी गंदा सी। हाँ जी, ते ए बुजुर्गो जिहड़ी 47 दी वंड है, ये तुसीं ते कहने हो कि नहीं ठीक हैगी, लेकिन होने वाली जिहड़ी नस्ल अज जश्न आज़ादी हुण मनाएगी, अज पहली अगस्त दी, अज तो 13 दिन बाद जिहड़ी जश्न आज़ादी मनाएगी, मोटरसाइकलां दे सलंसर बाहर कढ़णगे। हाँ जी, खुशी मना खुशी मनाउणगे, लेकिन वो ऐ चीज थोड़े को अगर पूछा तो कदे भी इस तरह का काम ना करना जी। बिल्कुल सही है, ते ए वंड जिहड़ी है इहने बहुत जिहड़े लोग सी खानदान उजाड़ दिते, बहुत बच्चे यतीम कर दिते, बहुत औरतां जिहड़ियां ने उहनां दे जिहड़ी कि सुहाग उहनां दे जिहड़ी कि खावन जिहड़े ने उह कतल हो गए, बहुत लोग जिन्हां दीआं बीवियां बच्चे दोवें खत्म हो गए, कईआं दे खानदान ही खत्म हो गए। बड़ा औखा, बड़ा वो बड़ा ही मुसीबतों भरिया दौर सी। फिर जो इतने आए कौन लैके आया थोड़ा मक्कू आने च? नहीं, असं इतने निशे तो इतने सर 63 च आए हाँ, असं गए चक नंबर 200 गाहबे है जी, तहसील समुंदरी समुंदरी चले गए। वो फिर चल रहा चाचा आया इधरों, लभदा लभदा सू लाहौर लभ लिया, उतों फिर सू ले गए, फिर असं आए ट्रेन च, ट्रेन के जो दरम्यान कप्पे जो होंगे वो उत्ते भी दुनिया, असं छत ते बह के फैसलाबाद आए हैं। हाँ, अम्मी होनी ये बिच बैठे डब्बे दे, मैनू अबे ने उत्ते छत दे उत्ते ट्रेन दे अपने क्लेम कलूम सी थोड़े घर कुर्सी जिहड़े ओह फिर तुहानूं इत्थे मिलिया, माल भी मिलिया कोई मंजे बिस्तरे कुछ शायद मिली? ना जी, आप ही बनाया, जो भी आप ही बनाया, बिल्कुल जमीन भी नहीं मिली जी? नहीं, वो जिहड़ी उत्ते रह गई सी ओह नहीं, ओह भाई नूं दे दित्ती, तू आपदा कब्जा कर ला। ठीक है, बहुत शुक्रिया बुजुर्गो।
बहुत शुक्रिया जी, बड़िया सोहनिया गल्लां, बड़िया चंगिया ते बड़िया सच्चिया उस वक्त दियां गल्लां दसियां। असी अज बजुर्गां दे नाल गल कीती इस पिंड च आए असी, तहसील इहनां दी जड़ां वाला और ज़िला फैसलाबाद। इन्हां बजुर्गां कोलों उस 47 दी वंड बारे पुछिया। बजुर्गां ने दस्सिया कि उह जिस तरां दा वेला उह तुसीं इन्हां दे कोलों सुणिया, बहुत सारे लोग जिहड़े ने उह मारे गए ने उस 47 दी वंड च। 1947 का जिहड़ा समा उहदे बारे च कदे वी बजुर्गां कोलों सुणो जी, इह सुणन नूं मिलेगा कि उह जिहड़ा मुसीबतां दा भरिया होइआ वेला उह इन्हां दीआं अक्खां चों, इन्हां दीआं नज़रां चों नहीं निकलदा। अज वाली जिहड़ी पीढ़ी है, नौजवान पीढ़ी है, उह इह बजुर्गां दीआं गल्लां सुणनगे, पता लगेगा। जिवें असीं अपने प्रोग्राम विच गल्लां करदे रहीदा अक्सर कि इह जिहड़ी वंड होई सी, इहदे नतीजे विच की होइआ सी, की लोकां दे नाल पीती। अज असी सलंसर कढ लईए जां असी आतिशबाजी चला लईए ते जां असी फायरिंग कर लईए, इह आज़ादी नहीं हैगी। आज़ादी उह, अगर आज़ादी की कीमत पुछनी है तो इन्हां बजुर्गों को पुछो जिन्हां ने अपना बचपन उन्हां गलियां च खेले, जिहड़ियां गलियां नूं इह इन्हां नूं छड्डना पिया मजबूरन, वह गलियां भी इन्हां ने छड्डतियां। ये जिथे पैदा होए, जिहड़े घरां दे विच हसदे वसदे सी, वह छड्ड दित्ते गए। इन्हां बजुर्गों ने वह मुसीबतां झलियां कि जिहड़ियां असी एक मिनट भी अज बर्दाश्त नहीं कर सकते। इन्हां दा जिहड़ा पिंड रैसर, उहदे बारे च इन्होंने दस्सिया कि उस पिंड दे च काफ़ी लोग जिहड़े वह मारे गए, गोली चलदी सी, कट्ठे हसदे जिहड़ी कि हसदे वसदे लोग जिहड़े सी, एक दूसरे दीआं शादियां गमियां दे शरीक होण वाले लोग एक दूजे दे दुश्मन बन गए। सो जी, इस तरह ही किसी होर जगह किसी होर पिंड च जावांगे ते इस तरह की बजुर्ग नाल गलबात करवावांगे, जिहड़े उदों जिन्हां दी उम्र उदों कोई 8-10 साल होएगी, उन्हां नूं संभाल होएगी, क्योंकि हुण काफ़ी बजुर्ग ने जिहड़े उह दुनिया तों जा चुके ने ते कुछ इस हालत च ने कि उह नहीं दस सकदे, कोई याददाश्त नहीं है। इजाजत दिओ जी, इंशाल्लाह फिर मुलाकात होएगी, रब रखा।